ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਨਿਊਜ਼ ਟਾਈਮ ਪੰਜਾਬ। ਮੈਂ ਹਾਂ ਸੰਜੀਵ ਸ਼ਰਮਾ ਅਤੇ ਅੱਜ ਇੱਕ ਮੁਲਾਕਾਤ ਵਿੱਚ ਸਾਡੇ ਨਾਲ ਰੂਬਰੂ ਹੋ ਰਹੇ ਹਨ ਗਾਇਕੀ ਦੇ ਵਿੱਚ ਆਪਣੀ ਇੱਕ ਨੀਂਹ ਬਣਾਉਣ ਵਾਲੇ ਇੱਕ ਇਹੋ ਜਿਹੇ ਗਾਇਕ ਜਿਨ੍ਹਾਂ ਨੇ ਪੰਜਾਬੀ ਗਾਇਕੀ ਵਿੱਚ ਪੰਜਾਬੀ ਗਾਇਕੀ ਦੇ ਮਿਆਰ ਨੂੰ ਬਹੁਤ ਉੱਚਾ ਚੁੱਕਿਆ। ਮੇਰੇ ਨਾਲ ਅੱਜ ਵਿਰਾਜਮਾਨ ਨੇ, ਮੇਰੇ ਨਾਲ ਸਟੂਡੀਓ ਵਿੱਚ ਨਿੱਕ ਸੰਧੂ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ਰਮਾ ਜੀ ਔਰ ਨਿਊਜ਼ ਟਾਈਮ ਪੰਜਾਬ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਇੱਥੇ ਆਉਣ ਲਈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ ਤੁਹਾਡਾ ਗਾਇਕੀ ਦਾ ਸਫ਼ਰ ਹੈ ਉਹ ਕਿੱਥੋਂ ਅਤੇ ਕਿਵੇਂ ਸ਼ੁਰੂ ਹੋਇਆ? ਗਾਇਕੀ ਦਾ ਸਫ਼ਰ ਹੈ ਜੀ, ਜੋ ਹਰ ਇੱਕ ਸਿੰਗਰ ਦੀ ਕਹਾਣੀ ਹੁੰਦੀ ਹੈ ਜੀ। ਜੀ, ਜਿੱਦਾਂ ਕਹਿ ਦਿੰਦੇ ਜੀ ਮੈਨੂੰ ਬਚਪਨ ਤੋਂ ਸ਼ੌਂਕ ਸੀਗਾ, ਹੈ ਨਾ ਜੀ। ਅਤੇ ਬਚਪਨ ਤੋਂ ਸ਼ੌਂਕ ਤਾਂ ਨਹੀਂ ਸੀ, ਮੈਂ 6ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਜਦੋਂ ਅਤੇ ਟੀਚਰ ਮੈਂ ਜਿੱਦਾਂ ਬੱਚੇ ਬੈਠੇ ਹੁੰਦੇ ਜੀ ਮੈਂ ਨਾਲ ਸੁਣਾਈ ਜਾਣਾ ਜੀ ਮਾੜਾ ਮੋਟਾ ਸੁਣਾਉਣਾ। ਜੀ, ਜਿੱਦਾਂ ਸ਼ਿਕਾਇਤ ਲਾਉਂਦੇ ਜੀ ਨਾਲ ਦੇ ਬੱਚੇ ਕਹਿੰਦੇ ਜੀ ਮੈਡਮ ਇਹ ਵੀ ਗਾਉਂਦਾ ਜੀ ਇਹਨੂੰ ਵੀ ਗਾਉਣਾ ਆਉਂਦਾ ਅਤੇ ਸ਼ਨੀਵਾਰ ਸਭਾ ਲੱਗਦੀ ਹੁੰਦੀ ਜੀ ਸਾਡੇ ਅਤੇ ਮੈਡਮ ਕਹਿੰਦੇ ਵੀ ਐਤਕੀ ਜਿੱਦਾਂ ਕਈ ਕੋਈ ਗਾਣਾ ਯਾਦ ਕਰਕੇ ਆਏ ਅਤੇ ਇੱਥੋਂ ਗਾਣਾ ਸਭਾ ਦੇ ਮੈਂ ਘਬਰਾ ਗਿਆ ਮੈਂ ਕੀ ਕਰੂੰਗਾ ਉੱਥੇ ਮੈਂ ਅਤੇ ਮਨਮੋਹਨ ਮਾਰਸ ਜੀ ਦਾ ਗਾਣਾ ਆਇਆ ਸੀ ਉਦੋਂ ਸ਼ਬਦ ਉਹਨੂੰ ਕਹਿ ਸਕਦੇ ਹਾਂ ਨਹੀਂ ਭੁੱਲਣਾ ਦੁੱਖ ਸੰਗਤਾਂ ਨੂੰ ਵਿਛੜੇ ਨਾਲ ਗਾਣੇ ਦਾ ਸੋ ਬਹੁਤ ਹੀ ਵਧੀਆ ਮੈਨੂੰ ਵਧੀਆ ਲੱਗਦਾ ਸੀ ਕਿ ਮੈਂ ਵਾਰ ਵਾਰ ਸੁਣਦਾ ਹੁੰਦਾ ਸੀ ਉਹਨੂੰ ਅਤੇ ਮੈਂ ਇੱਕ ਪੇਜ 'ਤੇ ਲਿਖ ਲਿਆ ਤੁਹਾਡੇ 'ਤੇ ਉਹਨੂੰ ਮੈਂ ਰੋਜ਼ ਸਵੇਰੇ ਸ਼ਾਮ ਕਲਾਸ 'ਚ ਬੈਠੇ ਨੇ ਯਾਦ ਕਰੀ ਜਾਣਾ ਜੇ ਕਿਤੇ ਭੁੱਲ ਗਿਆ ਨਾ ਕੀ ਹੋਊਗਾ ਮੈਂ ਸਟੇਜ 'ਤੇ ਜਾ ਕੇ ਕੀ ਕਰੂੰਗਾ ਸੋ ਕਈ ਵਾਰ ਘਬਰਾਹਟ ਘਬਰਾਹਟ ਬਹੁਤ ਸਟੇਜ 'ਤੇ ਜਿਹੜੇ ਮੈਂ ਪਹਿਲਾਂ ਉੱਠਾ ਨਾ ਜੀ ਮੈਡਮ ਮੈਨੂੰ ਕਹਿੰਦੇ ਵੀ ਮੈਨੂੰ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਸੀ ਰੇਨੂ ਮੈਡਮ ਮੈਂ ਕਿਹੜੀ ਸਕੂਲ ਦੇ ਵਿੱਚ ਪੜ੍ਹਿਆ ਜੀ ਧਰਮਪੁਰ ਜੀ ਕਿਹੜੀ ਕਾਲਜ ਹੈਗੀ ਸਕੂਲ ਦੇ ਔਰ ਮੈਡਮ ਨੇ ਮੇਰਾ ਨਾਮ ਅਨਾਊਂਸ ਕੀਤਾ ਕਹਿੰਦੇ ਵੀ ਬੱਚਾ ਤੁਹਾਨੂੰ ਗਾਣਾ ਸੁਣਾ ਅਤੇ ਮੈਂ ਕਿੱਥੇ ਉੱਠਿਆ ਜੀ ਜੀ ਮੈਨੂੰ ਫੜ ਕੇ ਠਾਇਆ ਨਾਲ ਦੇ ਨੇ ਚਲੋ ਜੀ ਚਲੋ ਚਲੋ ਜਿੱਦਾਂ ਬੱਚੇ ਕਰ ਰਹੇ ਜੀ ਅਤੇ ਮੈਂ ਸਟੇਜ ਦੇ ਉੱਪਰ ਚਲੇ ਗਿਆ ਜੀ ਪੇਜ ਫੜਿਆ ਅਤੇ ਲੱਤਾਂ ਮੇਰੀਆਂ ਕਰਨਾ ਕਿ ਮੈਂ ਕੀ ਕਰੂੰਗਾ ਚਲੋ ਇੱਕ ਪੈਰਾ ਸੁਣਾਇਆ ਦੂਸਰਾ ਸੁਣਾਇਆ ਹੌਲੀ ਹੌਲੀ ਕੰਬਦੀ ਕੰਬਦੀ ਆਵਾਜ਼ ਦੇ ਵਿੱਚ ਮੈਂ ਗਾਣਾ ਸੁਣਾ ਦਿੱਤਾ ਫਿਰ ਉਸ ਤੋਂ ਬਾਅਦ ਹੌਸਲਾ ਵੱਧ ਗਿਆ ਜੀ ਅਤੇ ਉਸੇ ਟਾਈਮ ਦੌਰਾਨ ਕਮਲਜੀਤ ਜੀ ਜੀ ਬੜੇ ਵਧੀਆ ਸਿੰਗਰ ਆ ਹਾਂਜੀ ਹਾਂਜੀ ਉਹ ਮੇਰੀ ਮਾਸੀ ਜੀ ਦੀ ਬੇਟੀ ਪੈ ਰਹੀ ਸੀ ਉਹ ਉੱਥੇ ਆਏ ਅਤੇ ਉਹਨਾਂ ਦਾ ਬਣਾਉਣ ਦਾ ਢੰਗ ਇੱਦਾਂ ਦਾ ਸੀ ਇੱਕ ਸਿੰਗਰ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਹੁੰਦਾ ਸੀ ਯਾਰ ਦੇਖ ਰਹੇ ਹਾਂ ਇੰਨਾ ਸਾਰੇ ਲੋਕ ਇਹਨੂੰ ਧਿਆਨ ਨਾਲ ਦੇਖ ਰਹੇ ਯਾਰ ਕਿੱਦਾਂ ਬਹੁਤ ਵਧੀਆ ਲੱਗ ਰਿਹਾ ਅਤੇ ਮੈਂ ਨਾ ਉਹਨਾਂ ਨੇ ਮੈਨੂੰ ਫੋਟੋ ਕਰਾਉਣ ਗਿਆ ਅਤੇ ਛੋਟੇ ਜੀ ਰਹੇ ਕੀ ਹਾਲ ਆ ਅਤੇ ਵਧੀਆ ਬਹੁਤ ਵਧੀਆ ਤਰੀਕੇ ਨਾਲ ਡੀਲ ਕੀਤਾ ਅਤੇ ਮੈਂ ਬਹੁਤ ਖੁਸ਼ੀ ਬਹੁਤ ਮਹਿਸੂਸ ਹੋਈ ਯਾਰ ਮੈਨੂੰ ਸਿੰਗਰ ਨੇ ਇੱਦਾਂ ਕਰਕੇ ਬੁਲਾਇਆ ਮੈਂ ਫੋਟੋ ਦਿਖਾਉਣੀ ਜੀ ਸਕੂਲ ਦੇ ਵਿੱਚ ਜਾ ਕੇ ਮੈਨੂੰ ਸਿੰਗਰ ਦਾ ਆਉਣਾ ਮੈਨੂੰ ਕਮਲਜੀਤ ਦਾ ਆਉਂਦਾ ਯਾਰ ਅਤੇ ਉਸ ਤੋਂ ਬਾਅਦ ਜਿੱਦਾਂ ਰੁਝਾਨ ਵਧਿਆ ਫਿਰ ਜੀ ਬਸ ਸ਼ੁਰੂ ਹੋ ਗਿਆ ਠੀਕ ਆ ਅਤੇ ਉਦੋਂ ਵੀ ਤੁਹਾਡਾ ਨਾਮ ਨਿੱਕ ਸੰਧੂ ਸੀ ਯਾਰ ਨਿੱਕ ਸੰਧੂ ਤੁਸੀਂ ਆਪ ਇਹ ਨਾਮ ਰੱਖ ਰਹੇ ਹੋ ਮੇਰਾ ਪਿਆਰ ਨਾਲ ਜਿੱਦਾਂ ਮੈਂ ਛੋਟਾ ਜੀ ਸਭ ਤੋਂ ਜੀ ਘਰ ਦੇ ਵਿੱਚ ਔਰ ਮੇਰੇ ਮਾਤਾ ਜੀ ਨੇ ਮੈਨੂੰ ਨਿੱਕਾ ਨਿੱਕਾ ਕਹਿ ਕੇ ਨਿੱਕੇ ਨਿੱਕੇ ਕਹਿ ਕੇ ਫਿਰ ਉਸ ਤੋਂ ਬਾਅਦ ਚਲੋ ਗਾਇਕੀ ਦੇ ਵਿੱਚ ਆਉਣਾ ਜੀ ਕਹਿੰਦੇ ਨਾਮ ਬਹੁਤ ਵਧੀਆ ਹੋਣਾ ਚਾਹੀਦਾ ਜੀ ਨਿੱਕ ਬਣ ਗਿਆ ਜੀ ਮੈਂ ਕਿਹਾ ਰਹਿਣ ਤਾਂ ਇਹੀ ਦੇਣਾ ਜੀ ਚਲੋ ਨਿੱਕੂ ਨਿੱਕਾ ਰਹਿਣ ਦੇਣੇ ਵੀ ਨਿੱਕ ਕਰ ਦਿੰਦੇ ਤੁਹਾਡੀ ਸਪੋਰਟ ਨਾਲ ਰਹੀ ਤੁਹਾਡੇ ਨਾਮ ਤੱਕ ਹਾਂਜੀ ਕਹਿ ਨਹੀਂ ਸਕਦੇ ਰਹੀ ਵੀ ਹੈ ਜੀ ਨਹੀਂ ਵੀ ਰਹੀ ਘਰ ਵਾਲਿਆਂ ਦੀ ਸਪੋਰਟ ਆ ਜਿਹੜੀ ਜਿੱਦਾਂ ਮੇਰੇ ਸਿਸਟਰ ਨੇ ਜੀ ਆਸਟ੍ਰੇਲੀਆ ਨੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਕਿ ਮੇਰਾ ਬ੍ਰਦਰ ਅੱਗੇ ਆਵੇ ਹੁਣ ਵੀ ਉਹ ਬਹੁਤ ਸਪੋਰਟ ਕਰਦੇ ਨੇ ਜੀ ਔਰ ਫਾਦਰ ਸਾਹਿਬ ਜਿੱਦਾਂ ਉਹਨਾਂ ਦਾ ਸਟਾਰਟਿੰਗ ਤੋਂ ਸੀਗਾ ਪਾਠ ਕਰਨਾ ਸਿੱਖੀ ਵਾਲ ਉਹਨਾਂ ਦਾ ਸੀਗਾ ਉਹ ਕਹਿੰਦੇ ਯਾਰ ਕੀ ਕਰਦਾ ਕਰਦਾ
ਠੀਕ ਹੈ ਜੀ। ਔਰ ਉਹਨਾਂ ਨੇ ਪਹਿਲਾਂ ਤਾਂ ਕੋਈ ਸਪੋਰਟ ਨਹੀਂ ਕੀਤੀ, ਹੁਣ ਕਹਿ ਦਿੰਦੇ ਚੱਲ ਕਰ ਲਾ ਯਾਰ, ਹੁਣ ਅੱਕ ਗਏ ਆ, ਕਹਿਣਾ ਹੀ ਪੈਣਾ। ਬਿਲਕੁਲ ਠੀਕ ਹੈ ਜੀ, ਹੁਣ ਕਹਿੰਦੇ ਯਾਰ ਕਰ ਲਾ ਵੀ ਜਿਹੜਾ ਕੁਛ ਕਰਨਾ। ਪਹਿਲਾ ਗਾਣਾ ਜਿਹੜਾ ਤੁਸੀਂ ਕੀਤਾ ਉਹ ਕਿਹੜਾ ਕੀ ਸੀ, ਉਹਦੇ ਕੋਈ ਬੋਲ ਦਿਓ। ਪਹਿਲਾ ਗਾਣਾ ਸੀ ਜੀ ਮੇਰਾ ਕਾਲਜ ਦੇ ਯਾਰ ਲਾਡੀ ਗਿੱਲ ਦਾ ਮਿਊਜ਼ਿਕ ਸੀਗਾ ਜੀ ਜੀ, ਔਰ ਵੀਡੀਓ ਵੀ ਅਸੀਂ ਖੁਦ ਹੀ ਕੀਤਾ ਸੀਗਾ ਜੀ ਮਿਲ ਕੇ, ਲਾਡੀ ਗਿੱਲ ਵੀਰਾ ਔਰ ਅਸੀਂ ਸਾਰਿਆਂ ਨੇ ਮਿਲ ਕੇ ਨੌਰਥ ਵੈਸਟ ਕਾਲਜ ਆ ਜੀ ਆਪਣੇ ਢੁੱਡੀ ਗਿੱਲ ਹੋਵੇ ਉੱਥੇ ਕਰਿਆ ਜੀ ਉਹ। ਅਤੇ ਯਾਨੀ ਉਹ ਫੀਲਿੰਗ ਸੀਗੀ ਜੀ ਦਿਲ ਦੀਆਂ, ਕਾਲਜ ਤੋਂ ਬਾਅਦ ਮੈਂ ਕਹਿਣਾ ਸੀਗਾ ਯਾਨੀ ਮੇਰਾ ਯਾਰਾਂ ਨਾਲ ਬਹੁਤ ਲਗਾਵ ਸੀਗਾ ਜੀ, ਅਸੀਂ ਤਿੰਨ ਚਾਰ ਯਾਰ ਹੁੰਦੇ ਸੀਗੇ ਜੀ, ਦਾਰਾ ਮੈਂ, ਦਵਿੰਦਰ ਆਸਟ੍ਰੇਲੀਆ ਜੀ, ਲੱਕੀ ਹੈ ਮੁੰਡਾ, ਤੇਜਵੀਰ ਹਰਵਿੰਦਰ ਆ ਜੀ ਉਹਨੂੰ ਬੱਚੀ ਕਹਿੰਦੇ ਜੀ, ਔਰ ਮੇਰਾ ਬਹੁਤ ਜ਼ਿਆਦਾ ਲਗਾਵ ਸੀਗਾ, ਜੇ ਕੋਈ ਗੁੱਸੇ ਹੋ ਜਾਂਦਾ ਸੀ ਮੈਂ ਰੋਕ ਲੈਂਦਾ ਹੁੰਦਾ ਸੀਗਾ, ਔਰ ਮੈਂ ਮੁੰਡਾ ਜਨਚਾਲ ਆ ਜੀ ਉਹਨੂੰ ਆਪਣੇ ਧਰਮਪੁਰ ਤੋਂ ਉਹਨੂੰ ਕਿਹਾ ਯਾਰ ਇੱਦਾਂ ਦਾ ਗਾਣਾ ਆਪਾਂ ਕੁਛ ਕਰਨਾ ਕਾਲਜ ਦੇ, ਕਾਲਜ ਦੇ ਯਾਦ ਹੁੰਦੇ ਜੀ। ਸੋ ਉਹਨਾਂ ਨੇ ਲਾਈਨਾਂ ਵੇਖ ਕੇ ਦਿੱਤੀਆਂ ਜੀ ਮੈਨੂੰ, ਔਰ ਵਧੀਆ ਤਰੀਕੇ ਨਾਲ ਅਮਰ ਆਡੀਓ ਤੋਂ ਕਰਵਾਇਆ ਸੀ ਆਪਾਂ ਕਾਫੀ ਆਪਣੇ ਗਾਣੇ ਦੇ ਵਿੱਚ ਵੀ ਉਹਦੇ ਵਿਊਜ਼ ਵੀ ਕਾਫੀ ਨੇ, ਔਰ ਮੈਂ ਇਹ ਕਹਿੰਦਾ ਵੀ ਸਿੰਗਰ ਆ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਜਿੰਨੇ ਵੀ ਸਿੰਗਰ ਆ ਉਹ ਕਹਿੰਦੇ ਯਾਰ ਪਹਿਲੇ ਦਿਨ ਗਾਣਾ ਆਵੇ ਤਾਂ 5 ਮਿਲੀਅਨ ਤੇ ਪਿਆ ਹੁੰਦਾ, ਬਿਲਕੁਲ, ਬਟ ਅੱਜ ਉਹਨੂੰ 4 ਸਾਲ ਹੋ ਗਏ ਜੀ ਗਾਣੇ ਨੂੰ ਆਏ ਨੂੰ, ਔਰ 14 ਲੱਖ ਤੇ ਹੁਣ ਪਹੁੰਚਿਆ ਜੀ ਉਹ, ਔਰ ਓਰੀਜਨਲ ਆ ਜਿੰਨੇ ਵੀ ਅੱਜ ਤੱਕ, ਮੈਂ ਕਦੇ ਕੰਪਨੀ ਵਾਲੇ ਨੂੰ ਇਹ ਨਹੀਂ ਕਿਹਾ ਵੀ ਹਾਂ ਯਾਰ ਚੱਕਦੇ ਕੰਮ ਗਾਣੇ ਤੋਂ ਬੋਲ ਰਿਹਾ। ਹਾਂਜੀ ਮੈਨੂੰ ਗਾਣਾ ਵਧੀਆ ਲੱਗ ਰਿਹਾ ਜੀ, ਮੇਰਾ ਸੈਲਫੀ ਸ਼ਮਾਰੂ ਤੋਂ ਆਇਆ ਸੀਗਾ ਜੀ ਜੀ, ਉਹਦੇ ਬੋਲ ਜੀ ਹੋ ਬਹੁਤ ਤੇਰੀਆਂ ਪੁਗਾਈਆਂ ਇੱਕ ਸਾਡੀ ਐ ਅਧੂਰੀ, ਨਾਨਕਰਾਂ ਤੋਂ ਬਿਨਾਂ ਵੀ ਬਾਤ ਕਰਦੇ ਨਹੀਂ ਪੂਰੀ, ਹੋ ਬਹੁਤ ਤੇਰੀਆਂ ਪੁਗਾਈਆਂ ਇੱਕ ਸਾਡੀ ਐ ਅਧੂਰੀ, ਨਾਨਕਰਾਂ ਤੋਂ ਬਿਨਾਂ ਵੀ ਬਾਤ ਕਰਦੇ ਨਹੀਂ ਪੂਰੀ, ਦੇਖੀ ਮੋੜੀ ਨਾ ਮੋੜੀ ਨਾ ਸੋਹਣੀਏ, ਹੋ ਗੱਲ ਆਖੀ ਹੋਈ ਅਜ਼ੀਜ਼ ਯਾਰ ਦੀ, ਬਹੁਤ ਤੇਰੀਆਂ ਪੁਗਾਈਆਂ ਇੱਕ ਸਾਡੀ ਐ ਅਧੂਰੀ, ਨਾਨੁਕਰਾਂ ਤੋਂ ਬਿਨਾਂ ਵੀ ਬਾਤ ਕਰਦੇ ਨਹੀਂ ਪੂਰੀ, ਬਹੁਤ ਤੇਰੀਆਂ ਪੁਗਾਈਆਂ ਇੱਕ ਸਾਡੀ ਐ ਦੂਰੀ, ਨਾਨੁਕਰਾਂ ਤੋਂ ਬਿਨਾਂ ਵੀ ਬਾਤ ਕਰਦੇ ਨਹੀਂ ਪੂਰੀ, ਦੇਖੀ ਮੋੜੀ ਨਾ ਸੋਹਣੀਏ, ਗੱਲ ਆਖੀ ਹੋਈ ਅਜ਼ੀਜ਼ ਯਾਰ ਦੀ, ਤੇਰੇ ਲੱਗਦੇ ਦੁਆਲੇ ਹੱਥ ਰੱਖ ਕੇ ਬਿੱਲੋ ਸੈਲਫੀ ਕਰਾਉਣੀ ਜੇ ਯਾਰ ਦੀ, ਤੇਰੇ ਲੱਗਦੇ ਦੁਆਲੇ ਹੱਥ ਰੱਖ ਕੇ ਬਿੱਲੋ ਸੈਲਫੀ ਕਰਾਉਣੀ ਜੇ ਯਾਰ ਦੀ, ਮੈਨੂੰ ਪਤਾ ਏ ਤੂੰ ਬੈਗ ਵਿੱਚ ਰੱਖਦੀ ਪਾ ਕੇ ਸੈਲਫੀ ਸਟਿੱਕ ਗੋਰੀਏ, ਸਾਡੇ ਨਾਲ ਨਾ ਕਰਾਵੇਂ ਹੋਰ ਦੱਸ ਦੇ ਕਰੇ ਕਿਹਦੇ ਨਾਲ ਕਲਿੱਕ ਗੋਰੀਏ, ਮੈਨੂੰ ਪਤਾ ਏ ਤੂੰ ਬੈਗ ਵਿੱਚ ਰੱਖਦੀ ਪਾ ਕੇ ਸੈਲਫੀ ਸਟਿੱਕ ਗੋਰੀਏ, ਸਾਡੇ ਨਾਲ ਨਾ ਕਰਾਵੇਂ ਹੋਰ ਦੱਸ ਦੇ ਕਰੇ ਕਿਹਦੇ ਨਾਲ ਕਲਿੱਕ ਗੋਰੀਏ, ਤੇਰੇ ਪਿਆਰ 'ਚ ਬਿਮਾਰ ਹੋਇਆ ਫਿਰਦਾ ਸਾਰ ਪੁੱਛ ਲੈ ਮਰੀਜ਼ ਯਾਰ ਦੀ, ਤੇਰੇ ਲੱਗਦੇ ਦੁਆਲੇ ਹੱਥ ਰੱਖ ਕੇ ਬਿੱਲੋ ਸੈਲਫੀ ਕਰਾਉਣੀ ਜੇ ਯਾਰ ਦੀ, ਤੇਰੇ ਲੱਗਦੇ ਦੁਆਲੇ ਹੱਥ ਰੱਖ ਕੇ ਬਿੱਲੋ ਸੈਲਫੀ ਕਰਾਉਣੀ ਜੇ ਯਾਰ ਦੀ, ਮੋਗੇ ਵਾਲੇ ਨੂੰ ਤੂੰ ਜਦੋਂ ਸੋਰੀ ਕਹਿ ਗਈ ਨੀ ਉਹ ਕੱਖਾਂ ਨਾਲੋਂ ਹੌਲਾ ਹੋ ਕੇ ਬਹਿ ਗਿਆ, ਠੀਕ ਹੈ ਜੀ। ਪਹਿਲਾਂ ਉਹ ਵੀਡੀਓ ਡਾਇਰੈਕਟਰ ਕਹਿੰਦੇ ਯਾਰ ਤੇਰੀ
ਵੀਡੀਓ ਕਰਾਂਗੇ ਯਾਰ, ਦੋ ਚਾਰ ਉੱਪਰੋਂ ਵੀ ਮਿਲੇ ਹਿੰਦੀ ਬੋਲਣ ਵਾਲੇ ਤੇ ਵੀਡੀਓ ਕਰੇਂਗੇ ਯਾਰ, ਦੇਖਣਾ ਕਿਆ ਬਾਤ ਆ ਰਹੇ ਯਾਰ ਹਾਲੀਵੁੱਡ ਮੈਂ ਭਾਈ ਯਾਰ ਕਿਆ ਬਾਤ ਹੈ, ਨਵੇਂ ਸੀ ਨਹੀਂ ਪਤਾ, ਪਤਾ ਨਹੀਂ ਯਾਰ ਕੀ ਕਰ ਦੂੰਗਾ ਇੰਨੀਆਂ ਗੱਲਾਂ ਕਰਦਾ ਪਿਆ। ਠੀਕ ਹੈ ਜੀ, ਉਹ ਬਾਅਦ ਵਿੱਚ ਜਦੋਂ ਵੀਡੀਓ ਨਿਕਲ ਕੇ ਆਉਂਦਾ ਫਿਰ ਪਤਾ ਲੱਗਦਾ ਜੀ ਕੰਪਨੀਆਂ ਵਾਲੇ ਵੀ ਸੋਚਾ ਕਰਦੇ ਨੇ, ਚੈਨਲ ਵਾਲੇ ਵੀ ਕਹਿੰਦੇ ਯਾਰ ਇਹਦੇ ਚਾਹ ਨਹੀਂ ਹੈਗਾ, ਉਹ ਨਹੀਂ ਹੈਗਾ, ਪਹਿਲਾਂ ਸੁਪਨੇ ਬਹੁਤ ਬੜ ਗਏ, ਫੋਨ ਚੱਕਣੋਂ ਹਟ ਜਾਂਦੇ। ਮਿਊਜ਼ਿਕ ਡਾਇਰੈਕਟਰ ਦਾ ਇਹ ਹਾਲ ਆ ਜੀ, ਜ਼ਿਆਦਾਤਰ ਮਿਊਜ਼ਿਕ ਡਾਇਰੈਕਟਰ ਵਧੀਆ ਵੀ ਬਹੁਤ ਨੇ, ਪ੍ਰਿੰਸ ਸੰਧੂ ਆ ਜੀ ਮੁੰਡਾ, ਮੈਨੂੰ ਕਹਿੰਦਾ ਮੈਂ 13ਵੇਂ ਦਿਨ ਗਾਣਾ ਦਊਂਗਾ ਔਰ 12ਵੇਂ ਦਿਨ ਗਾਣਾ ਦੇ ਦਿੱਤਾ ਜੀ ਮੁੰਡੇ, 13 ਦਿਨ ਦਾ ਕਹਿ ਕੇ 12ਵੇਂ ਦਿਨ ਗਾਣਾ ਦੇ ਦਿੱਤਾ। ਕਈ ਬੰਦੇ ਇੱਦਾਂ ਦੇ ਨੇ ਜਿਹੜੇ ਕਹਿੰਦੇ ਅਸੀਂ ਤੈਨੂੰ ਮਹੀਨੇ ਦੇ ਵਿੱਚ ਗਾਣਾ ਦੇਵਾਂਗੇ, ਉਹਨਾਂ ਨੇ ਮੈਨੂੰ ਸਾਲ ਸਾਲ ਨਹੀਂ ਗਾਣਾ ਦਿੱਤਾ ਜੀ, ਕਰਕੇ ਰੈਡੀ ਆ ਯਾਰ ਅੱਜ ਕਰ ਰਹੇ, ਅੱਜ ਮੈਂ ਫਲਾਣੇ ਦਾ ਗਾਣਾ ਕਰ ਰਿਹਾ, ਅੱਜ ਮੈਂ ਫਲਾਣੇ ਦਾ ਗਾਣਾ ਕਰ ਰਿਹਾ, ਬਹੁਤ ਖਰਾਬ ਕਰਦੇ ਨੇ ਇੰਡਸਟਰੀ ਦੇ ਵਿੱਚ, ਖਰਾਬ ਕਰਨ ਵਾਲੇ ਬੰਦੇ ਜ਼ਿਆਦਾ ਨੇ ਔਰ ਵਧੀਆ ਲੋਕ ਨੇ ਬਹੁਤ ਘੱਟ ਨੇ। ਜਿੱਦਾਂ ਕੁਲਵਿੰਦਰ ਬਿੱਲਾ ਜੀ ਨੇ, ਉਹਨਾਂ ਦੇ ਜਿਹੜੇ ਸਾਥੀ ਨੇ ਹਰਦੀਪ ਮਾਨ ਵੀਰ ਬਹੁਤ ਵਧੀਆ ਨੇ ਔਰ ਸਹੀ ਸਲਾਹ ਦੇਣਗੇ ਹਮੇਸ਼ਾ, ਕਦੇ ਗਲਤ ਸਲਾਹ ਨਹੀਂ ਦਿੱਤੀ ਉਹਨਾਂ ਨੇ ਯਾਰ ਇੱਦਾਂ ਕਰ ਉੱਦਾਂ ਕਰ, ਯਾਨੀ ਕਦੇ ਉਹਨਾਂ ਨੇ ਇਹ ਨਹੀਂ ਕੀਤਾ ਯਾਰ ਇਹ ਬੰਦਾ ਇੰਨੇ ਪੈਸੇ ਲਾਊਗਾ ਇਹਦੇ ਨਾਲ ਬਣਾਊਗਾ, ਉਹ ਹੈਲਪ ਕਰਦੇ ਨੇ, ਹਰੇਕ ਦੀ ਹੈਲਪ ਕਰਦੇ ਨੇ ਬੰਦੇ, ਦੋ ਚਾਰ ਹੀ ਇੱਕ ਦੋ ਤਿੰਨ ਵੱਧ ਤੋਂ ਵੱਧ ਮੈਨੂੰ ਇਸ ਇੰਡਸਟਰੀ ਦੇ ਵਿੱਚ ਬੰਦੇ ਖੜੇ ਹੋਣਗੇ ਜਿਹੜੇ ਬੰਦੇ ਵੱਲ ਬੰਦੇ ਦੀ ਹੈਲਪ ਕਰੇ। ਅਸੀਂ ਵੀ ਕਰ ਰਹੇ ਹਾਂ, ਸਿੰਗਰ ਵੀ ਵਿੱਚੋਂ ਕਰ ਰਹੇ ਹਾਂ ਜੀ, ਮੇਰਾ ਇੱਕ ਗਾਣਾ ਆਇਆ ਸੀ ਮੈਂ ਉਹਨੂੰ ਆਪਦੀ ਗਲਤੀ ਮੰਨਦਾ ਜੀ, ਤਿੰਨ ਗੋਲੀਆਂ ਗਾਣਾ ਆਇਆ ਸੀ ਔਰ ਮੈਨੂੰ ਬਹੁਤ ਫੀਲ ਹੋਇਆ ਜਦੋਂ ਆ ਗੋਲੀਆਂ ਵਾਲੀਆਂ ਪਿੱਛੇ ਕੰਮ ਚੱਲਿਆ ਔਰ ਉਸ ਤੋਂ ਬਾਅਦ ਮੈਂ ਸੋਚਿਆ ਵੀ ਗੋਲੀ ਵਾਲਾ ਗਾਣਾ ਲੈਂਦਾ ਅਤੇ ਠੀਕ ਸੀਗਾ ਜੀ, ਚਲੋ ਉਹਦਾ ਰਿਸਪੋਂਸ ਠੀਕ ਰਿਹਾ ਤਿੰਨ ਗੋਲੀਆਂ ਦਾ, ਪਰ ਉਹਦੇ ਥੱਲੇ ਕਮੈਂਟ ਬੜੀ ਨੇ ਬਹੁਤ ਗਾਲਾਂ ਕੱਢੀਆਂ ਲੋਕਾਂ ਨੇ, ਚਲੋ ਮੈਂ ਨਹੀਂ ਚੱਲਦਾ ਤਾਂ ਹੈਗਾ, ਮੈਂ ਕਹਾਂਗੀ ਨਹੀਂ ਮੇਰਾ ਜੀ ਗਾਣਾ ਬਹੁਤ ਬਹੁਤ ਵਧੀਆ ਚੱਲਿਆ ਜੀ, ਉਹ ਚੱਲਿਆ ਚਲੋ ਹੈਗਾ ਲੋਕਾਂ ਨੇ ਦੇਖ ਲਿਆ ਉਹ 10 ਲੱਖ ਤੱਕ 10 ਲੱਖ ਦੇ ਨੇੜੇ ਪਹੁੰਚਿਆ ਗਿਆ, ਪਰ ਉਹ ਥੱਲੇ ਆਪਾਂ ਨੂੰ ਹੇਠਾਂ ਵੀ ਪੜ੍ਹਨਾ ਚਾਹੀਦਾ ਲੋਕ ਕੀ ਕਹਿ ਰਹੇ ਆ ਠੀਕ ਹੈ ਜੀ, ਉਸ ਚੀਜ਼ ਨੂੰ ਅੱਗੇ ਤੋਂ ਵਿਚਾਰ ਹੁੰਦੇ, ਬਿਲਕੁਲ ਚੰਗੇ ਕਮੈਂਟ ਵੀ ਮਿਲਦੇ ਆ ਮਾੜੇ ਕਮੈਂਟ ਮਾੜੇ ਵੀ ਮਿਲਦੇ ਆ। ਕਿੰਨੇ ਟਰੈਕ ਆ ਚੁੱਕੇ ਹੁਣ ਦੇਖੋ ਤੇ ਕਿੰਨੇ ਟਰੈਕ ਆ ਗਏ ਜਿਹੜੇ 10 ਟਰੈਕ ਹੋ ਚੁੱਕੇ ਨੇ ਜੀ, ਵਿੱਚੋਂ 7 ਵੀਡੀਓ ਹੋ ਚੁੱਕੇ ਨੇ ਜੀ, ਤੇ ਲਾਸਟ ਟਰੈਕ ਉਹਦਾ ਕਿਹੜਾ ਹੁਣ ਲੇਟੈਸਟ ਸੋ ਕਿਹੜਾ? ਮੇਰਾ ਸੁਪਨਾ ਟਰੈਕ ਸੀਗਾ ਜੀ, ਗੋਆ ਸ਼ੂਟ ਕੀਤਾ ਸੀ ਆਪਾਂ ਜੀ, ਤੇ ਮਾਰਵਾ ਰਿਕਾਰਡ ਕੰਪਨੀ ਨੇ ਰਿਲੀਜ਼ ਹੋਇਆ, ਮੈਂ ਵੀ ਸੁਣਿਆ ਤੂੰ ਬੋਲ ਹੋ ਜਾਣਾ ਹੈ ਹਾਂ ਜੀ। ਓ ਕਿੰਨਾ ਕਰਦਾ ਹਾਂ ਪਿਆਰ ਯਾਰ, ਪੁੱਛਣ ਦੀ ਲੋੜ ਨਹੀਂ, ਹਰ ਗੱਲ ਤੇਰੀ ਮੰਨਦਾ ਹਾਂ, ਦੱਸਣ ਦੀ ਲੋੜ ਨਹੀਂ, ਤਾਂ ਨਹੀਂ ਪੁੱਛਣਾ ਤਾਂ ਪੁੱਛ ਲੈ, ਤੇਰੇ ਵੱਲ ਜਾਂਦੀਆਂ ਰਾਹਾਂ ਤੋਂ, ਤੇਰਾ ਨਾਂ ਲੈ ਕੇ ਹੀ ਚੱਲਦੀਆਂ ਨੇ ਪੁੱਛ ਮੇਰੀਆਂ ਸਾਹਾਂ ਤੋਂ, ਤੇਰਾ ਨਾਂ ਲੈ ਕੇ ਹੀ ਚੱਲਦੀਆਂ ਨੇ ਪੁੱਛ ਮੇਰੀਆਂ ਸਾਹਾਂ ਤੋਂ। ਕਿੰਨਾ ਕਰਦਾ ਹਾਂ ਪਿਆਰ ਯਾਰ, ਪੁੱਛਣ ਦੀ ਲੋੜ ਨਹੀਂ, ਹਰ ਗੱਲ ਤੇਰੀ ਮੰਨਦਾ ਹਾਂ, ਹਾਂ ਰੁੱਸਣ ਦੀ ਲੋੜ ਨਹੀਂ, ਤਾਂ ਵੀ ਪੁੱਛਣਾ ਤਾਂ ਪੁੱਛ ਲੈ, ਤੇਰੇ ਵੱਲ ਜਾਂਦੀਆਂ ਰਾਹਾਂ ਤੋਂ, ਤੇਰਾ ਨਾਂ ਲੈ ਕੇ ਹੀ ਚੱਲਦੀਆਂ ਨੇ ਪੁੱਛ ਮੇਰੀਆਂ ਸਾਹਾਂ ਤੋਂ, ਤੇਰਾ ਨਾਂ ਲੈ ਕੇ ਹੀ ਚੱਲਦੀਆਂ ਨੇ ਪੁੱਛ ਮੇਰੀਆਂ ਸਾਹਾਂ ਤੋਂ, ਤੇਰਾ ਨਾਂ ਲੈ ਕੇ ਹੀ ਚੱਲਦੀਆਂ ਨੇ ਪੁੱਛ ਮੇਰੀਆਂ ਸਾਹਾਂ ਤੋਂ।
ਮਿਲਣ ਲਈ ਤੰਗ ਨੈਣਾ ਦੀ ਵੱਧਦੀ ਰਹਿੰਦੀ। ਕੋਈ ਪਰਵਾਹ ਨਹੀਂ ਦੁਨੀਆ ਤੇਰੇ ਬਾਰੇ ਕੁਝ ਵੀ ਕਹਿੰਦੀ, ਤੈਨੂੰ ਟੱਕਣ ਲਈ ਤੰਗ ਨੈਣਾ ਦੀ ਵੱਧਦੀ ਰਹਿੰਦੀ। ਕੋਈ ਪਰਵਾਹ ਨਹੀਂ ਦੁਨੀਆ ਤੇਰੇ ਬਾਰੇ ਕੁਝ ਵੀ ਕਹਿੰਦੀ। ਪਿਆਰ ਮੁਹੱਬਤ ਨਿਭਦਾਏ ਬਚ ਕੇ ਅਫਵਾਹਾਂ ਤੋਂ, ਤੇਰਾ ਨਾਂ ਲੈ ਕੇ ਹੀ ਚੱਲਦੀਆਂ ਨੇ ਕੁਝ ਮੇਰੀਆਂ ਸਾਂ। ਜਿੱਦਾਂ ਹੁਣ ਬਾਲ ਰੱਖ ਲਏ ਨੇ ਜੀ, ਕੇਸ ਰੱਖ ਲਏ ਨੇ ਜੀ, ਔਰ ਮੇਰੇ ਕਟਿੰਗ 'ਚ ਆਏ ਜ਼ਿਆਦਾਤਰ ਗਾਣੇ, ਇੱਕ ਆਡੀਓ ਕੀਤਾ ਸੀਗਾ ਉਹਦੇ 'ਤੇ ਪੋਸਟਰ ਦੇ ਉੱਤੇ ਜੋ ਸਰਦਾਰ ਪੱਗ ਬੰਨ ਕੇ ਹੈਗੇ ਆ, ਔਰ ਮੇਰੇ ਇਹਦੇ ਪਿੱਛੇ ਵੀ ਕਾਰਨ ਵੀ ਬਹੁਤ ਵੱਡਾ। ਪਿੱਛੇ ਜੇ 10 ਮਹੀਨੇ ਦੀ ਗੱਲ ਆ, ਮੇਰੇ ਮਾਤਾ ਜੀ ਦਾ ਐਕਸੀਡੈਂਟ ਹੋ ਗਿਆ, ਔਰ ਉਸ ਐਕਸੀਡੈਂਟ ਦੇ ਵਿੱਚ ਉਹਨਾਂ ਦੇ ਸਿਰ ਦੇ ਵਿੱਚ ਸੱਟ ਲੱਗੀ, ਔਰ ਉਹਨਾਂ ਦੀ ਜ਼ਿਆਦਾ ਸਟ੍ਰੀਮ ਚਲੀ ਗਈ ਅਸੀਂ ਤਾਂ ਆਪਣੀ ਗੱਲ ਕਰੀ ਸੀ ਇਸ ਬਾਰੇ। ਹਾਂਜੀ ਹਾਂਜੀ, ਔਰ ਮੇਰਾ ਯਾਨੀ ਸਾਡੇ 3 ਮਹੀਨੇ ਉੱਥੇ ਲੱਗ ਗਏ ਜੀ ਹੋਸਪਿਟਲ ਦੇ ਵਿੱਚ, ਕਦੇ ਆਈ ਸੀ ਯੂ, ਕਦੇ ਬਾਹਰ। ਬਹੁਤ ਮਾਂ ਮਾਂ ਪਿਓ ਨਾਲ ਪਿਆਰ ਹਰ ਇੱਕ ਨੂੰ ਹੁੰਦਾ ਜੀ, ਮਾਂ ਪਿਓ ਤੋਂ ਬਿਨਾਂ ਮੇਰੇ ਹਿਸਾਬ ਨਾਲ ਜ਼ਿੰਦਗੀ ਦੇ ਵਿੱਚ ਹੋਰ ਕੁਛ ਪਿਆਰਾ ਨਹੀਂ। ਔਰ ਫਿਰ ਅਸੀਂ ਫੋਰਟਿਸ ਗਏ ਜੀ, ਫੋਰਟਿਸ ਹੋਸਪਿਟਲ ਅੰਮ੍ਰਿਤਸਰ ਦੇ ਵਿੱਚ, ਔਰ ਉੱਥੇ ਸਾਡੇ ਹਾਲਤ ਯਾਨੀ ਬਹੁਤ ਜਿੱਦਾਂ ਥੱਲੇ ਸੋਣਾ ਪੈਂਦਾ ਜੀ, ਉੱਥੇ ਕੋਈ ਅਰੇਂਜਮੈਂਟ ਨਹੀਂ ਹੁੰਦਾ, ਨਾ ਇੱਥੇ ਡੀ ਐਮ ਸੀ ਚਲੇ ਜਾਈਏ ਲੁਧਿਆਣੇ ਜੀ, ਨਾ ਉੱਥੇ ਕਿਤੇ ਵੀ ਉੱਥੇ ਅਰੇਂਜਮੈਂਟ ਨਹੀਂ ਹੈਗਾ। ਜਿਹੜੇ ਨਾਲ ਅਟੈਂਡੈਂਟ ਨੇ ਉਹਨਾਂ ਲਈ ਇਹ ਸਿੱਖਦੇ ਹਾਂ ਜੀ, ਅੱਗੇ ਅੱਗੇ ਸਿੱਖੀ ਜਾਣਾ ਜੀ ਸਾਰੀ। ਇੱਕ ਜਿਹੜੀ ਅੱਜ ਪੰਜਾਬੀ ਗੀਤ ਆ ਰਹੇ ਆ ਉਹਨਾਂ 'ਚ ਮੀਡੀਆ ਪੰਜ ਜਿਹੜਾ ਬਹੁਤ ਵਧੀਆ ਗੀਤ, ਬੇਸ਼ੱਕ ਉਹ ਪੰਜਾਬੀ ਨਹੀਂ ਪਰ ਜਿਹੜਾ ਪਹਿਰਾਵਾ ਲੜਕੀਆਂ ਦਾ ਉਹ ਪੰਜਾਬ ਵਾਲਾ ਨਹੀਂ ਗਾ, ਜਾਂ ਉਹ ਸੂਟ ਨਹੀਂ ਪਾਉਂਦੀਆਂ ਗੀਆਂ, ਜਾਂ ਪੁਰਾਣਾ ਆਪਣਾ ਕਲਚਰ ਉਹ ਨਹੀਂ ਰਿਹਾ ਗਾ, ਉਹਦੀ ਪਿੱਛੇ ਕੀ ਕਾਰਨ ਆ? ਕਾਰਨ ਫਿਰ ਉਹੀ ਗੱਲ ਆ ਗਈ, ਕਾਰਨ ਆਪਾਂ ਹੀ ਆਪਾਂ ਲੋਕ ਹੀ ਹਾਂ, ਠੀਕ ਹੈ ਜੀ। ਅੱਜ ਕੱਲ੍ਹ ਦੀ ਯੂਥ ਆ ਉਹ ਇਹ ਚੀਜ਼ ਦੇਖਣਾ ਚਾਹੁੰਦਾ, ਸਿੰਗਰ ਕਹਿੰਦਾ ਯਾਰ ਮੇਰਾ ਗਾਣਾ ਨਹੀਂ ਚੱਲਦਾ, ਮੈਨੂੰ ਇਸ ਪਾਸੇ ਜਾਣ ਦੇ ਦਿਖਾਉਣਾ ਚਾਹੀਦਾ, ਔਰ ਸਿੰਗਰ ਵੀ ਉਸ ਪਾਸੇ ਨੂੰ ਤੁਰ ਪਿਆ ਜਿਹੜਾ ਕੁਛ ਲੋਕ ਡਿਮਾਂਡ ਕਰ ਰਹੇ, ਸਿੰਗਰ ਵੀ ਉਸੇ ਪਾਸੇ ਨੂੰ ਤੁਰ ਪਏ ਨੇ। ਔਰ ਚਲੋ ਜ਼ਿਆਦਾ ਗਲਤੀ ਤਾਂ ਸਿੰਗਰ ਦੀ ਮੰਨਦਾ ਜੀ, ਬਿਲਕੁਲ ਜੀ ਸਿੰਗਰ ਦੀ ਗਲਤੀ ਹੈ ਜ਼ਿਆਦਾ, ਔਰ ਮੰਨੀਏ ਤਾਂ ਉੱਥੇ ਆਪਾਂ ਅਸੀਂ ਖੁਦ ਵੀ ਆਪਣੇ ਲੋਕ ਜ਼ਿਆਦਾਤਰ ਇੰਟਰਵਿਊ ਸੁਣੀਆਂ ਨੇ ਲੋਕ ਆਪਣਾ ਆਈਡੀਅਲ ਮੰਨਦੇ ਨੇ ਗੁਰੂਆਂ ਨੂੰ, ਤੁਸੀਂ ਵੀ ਗੁਰੂਆਂ ਨੂੰ ਆਪਣਾ ਆਈਡੀਅਲ ਮੰਨਦੇ ਹੋ? ਬੱਬੂ ਮਾਨ ਨਹੀਂ ਜੀ, ਆਈਡੀਅਲ ਨਹੀਂ ਮੰਨਦਾ ਆਪਣਾ। ਹਾਂ ਉਹਨਾਂ ਦੇ ਗਾਣੇ ਜ਼ਰੂਰ ਜਿਹੜੇ 2-4 ਮੈਨੂੰ ਵਧੀਆ ਲੱਗਦੇ ਸੀ, ਪਹਿਲਾਂ ਮੈਂ ਨਿੱਕੇ ਹੁੰਦੇ ਗਾਈ ਜਾਣਾ, ਤਾਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਬੱਬੂ ਮਾਨ ਦੀ, ਔਰ ਮੇਰਾ ਹੈਲੀਵੇਅਰ ਮੈਂ ਕਮਲ ਹੀਰ ਮਨਮੋਹਨ ਵਾਸ ਜੀ ਨੂੰ ਬਹੁਤ ਵਧੀਆ ਗਾਇਕੀ ਹੈ, ਚਲੋ ਮੈਂ ਅਸੀਂ ਉਹਨਾਂ ਵਰਗਾ ਗਾ ਤਾਂ ਨਹੀਂ ਸਕਦੇ, ਪਰ ਬਹੁਤ ਵਧੀਆ ਗਾਇਕੀ ਹੈ ਜੀ ਉਹਨਾਂ ਦੀ ਦੋਨਾਂ ਦੀ, ਔਰ ਬੱਬੂ ਮਾਨ ਦਾ ਕੋਈ ਹੈ ਅੱਜ ਦੇ ਟਾਈਮ ਦੇ ਵਿੱਚ। ਇੱਕ ਪਿੱਛੇ ਜੀ ਉਹਨਾਂ ਨੇ ਗਾਣਾ ਗਾਇਆ ਸੀਗਾ ਜੀ ਆਪਣਾ ਮੁੰਡਿਆਂ ਨੇ ਰਲ ਕੇ, ਉਹ ਕੁੜੀ ਰਵਿੰਦਰ ਹਾਂਡਾ, ਰਵਿੰਦਰ ਹਾਂਡਾ ਸਿੰਗਰ, ਉਹਨੂੰ ਗਾਣਾ ਕੱਢੀਆਂ ਉਹਨਾਂ ਨੇ, ਠੀਕ ਹੈ ਜੀ। ਔਰ ਮੈਨੂੰ ਨਹੀਂ ਲੱਗਦਾ ਕਾਫੀ ਵੀਡੀਓ ਵਾਇਰਲ ਹੋ ਗਿਆ, ਹਾਂਜੀ ਹਾਂਜੀ, ਮੈਨੂੰ ਨਹੀਂ ਲੱਗਦਾ ਕਿ ਕਿਸੇ ਕੁੜੀ ਨੂੰ ਵਾਲ ਕੱਢਣਾ ਬਹੁਤ ਵਧੀਆ ਗੱਲ ਆ ਆਪਣੇ ਪੰਜਾਬੀਆਂ ਲਈ ਖਾਸ ਕਰਕੇ, ਹੈ ਨਾ ਜੀ। ਔਰ ਬੱਬੂ ਮਾਨ ਨੇ ਉਹਦੇ ਉੱਤੇ ਗਾਣਾ ਗਾਇਆ ਜੀ ਜਿੱਦਾਂ ਮੇਰੇ ਵਰਗੇ ਮੇਰੇ ਫੈਨ ਨਾ ਕਿਸੇ ਦੀ ਆਦਰ ਸਨ, ਉਸ ਦਿਨ ਤੋਂ ਮੈਨੂੰ ਲੱਗਿਆ ਨਹੀਂ ਵੀ ਮੈਨੂੰ ਵਧੀਆ ਲੱਗਿਆ। ਗੁਰਦਾਸ ਮਾਨ ਜੀ ਪੰਜਾਬੀ ਆਈਡਲ ਸਤੰਭ ਮੰਨਦੇ ਆ, ਤੁਸੀਂ ਵੀ ਆਈਡਲ ਗੁਰਦਾਸ ਮਾਨ ਜੀ ਵਰਗੇ ਹੋਣ ਮੰਨਦੇ? ਹਾਂਜੀ, ਮੈਂ ਗੁਰਦਾਸ ਮਾਨ ਜੀ ਨੂੰ 2 ਵਾਰ ਮਿਲਿਆ ਹੋਇਆ ਜੀ, ਬਹੁਤ ਹੀ ਵਧੀਆ ਨੇਚਰ ਹੈ ਜੀ ਉਹਨਾਂ ਦਾ,
ਜਿੱਦਾਂ ਦੀ ਗਾਇਕੀ ਆ ਉਹਨਾਂ ਦਾ ਨੇਚਰ ਸਾਰਿਆਂ ਨੂੰ ਪਤਾ ਜੀ ਮੈਨੂੰ, ਮੈਂ ਇਹ ਕਹਿ ਰਿਹਾ ਜੀ ਮੈਂ ਮਿਲਿਆ ਵਾ ਸਾਰੇ ਪੰਜਾਬੀਆਂ ਨੂੰ ਪਤਾ ਕਿ ਗੁਰਦਾਸ ਮਾਨ ਉਹਨਾਂ ਬਾਰੇ ਮੇਰੇ ਹਿਸਾਬ ਨਾਲ ਮੈਨੂੰ ਕਹਿਣ ਦੀ ਕੁਛ ਲੋੜ ਨਹੀਂ। ਇੱਕ ਅੱਜ ਕੱਲ੍ਹ ਜਿਹੜੀ ਬਾਲੀਵੁੱਡ ਇੰਡਸਟਰੀ ਹੈ ਬੜੀ ਵਾਈਡ ਹੋ ਰਹੀ ਹੈ, ਬੜਾ ਸਕੋਪ ਹੈ, ਤੁਸੀਂ ਆਉਣਾ ਚਾਹੁੰਦੇ ਹੋ ਬਾਲੀਵੁੱਡ ਇੰਡਸਟਰੀ 'ਚ? ਦੇਖੋ ਜੀ ਮੌਕਾ ਮਿਲੂਗਾ ਤਾਂ ਜ਼ਰੂਰ ਜੀ, ਸਾਰੇ ਚਾਹੁੰਦੇ ਜਿੱਦਾਂ ਸਿੰਗਿੰਗ ਦੇ ਵਿੱਚ ਆਉਂ ਤਾਂ ਐਕਟਿੰਗ ਦੇ ਵਿੱਚ ਅੱਗੇ ਮੈਂ ਅੱਗੇ ਦੇ ਅੱਗੇ ਜਾਵਾਂ ਜੀ, ਜੇ ਮੌਕਾ ਮਿਲਿਆ ਪਰਮਾਤਮਾ ਵਾਹਿਗੁਰੂ ਨੇ ਮੌਕਾ ਦਿੱਤਾ ਜ਼ਰੂਰ। ਕਾਸਟਿੰਗ ਕਾਊਚ ਜਿਹੜਾ ਅੱਜ ਕੱਲ੍ਹ ਸਿਸਟਮ ਬੜਾ ਚੱਲ ਰਿਹਾ ਹੈਗਾ, ਚਾਹੇ ਉਹ ਮਿਊਜ਼ਿਕ ਇੰਡਸਟਰੀ ਹੈ ਸਾਡੀ, ਚਾਹੇ ਬੋਲੀਵੁੱਡ ਹੈ, ਚਾਹੇ ਬਾਲੀਵੁੱਡ ਹੈ, ਅੱਜ ਕੱਲ੍ਹ ਕਾਸਟਿੰਗ ਕਾਊਚ ਨੇ ਆਪਣੇ ਪੈਰ ਬਹੁਤ ਫਸਾ ਲਏ ਹੈ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਬਹੁਤ ਮਾੜੀ ਗੱਲ ਹੈ ਜੀ, ਜੇ ਆਪਾਂ ਕਹਿ ਰਹੇ ਹਾਂ ਜੀ ਜੇ ਬਾਲੀਵੁੱਡ ਦੇ ਵਿੱਚ ਚੱਲਦਾ ਸੀ ਆਪਣੇ, ਚਲੋ ਇੰਡੀਆ ਦੇ ਵਿੱਚ ਮੇਰੇ ਹਿਸਾਬ ਨਾਲ ਇਹ ਚੀਜ਼ਾਂ ਚੱਲਦੀਆਂ ਚੱਲਦੀਆਂ ਜੀ, ਜੇ ਉੱਥੇ ਚੱਲ ਰਿਹਾ ਸੀ ਇਹਦਾ ਮਤਲਬ ਇਹ ਥੋੜ੍ਹੀ ਜਿਹਾ ਪੰਜਾਬੀ ਇੰਡਸਟਰੀ ਵਿੱਚ ਵੀ ਇਹ ਕੰਮ ਚਲਾ ਕੇ ਪੰਜਾਬੀ ਲਫ਼ਜ਼ ਦਾ ਜਿਹੜਾ ਪੰਜਾਬੀਅਤ ਆ ਉਹ ਬਹੁਤ ਵੱਡਾ ਲੱਗਦਾ ਜੀ। ਬਿਲਕੁਲ ਠੀਕ ਹੈ, ਜੇ ਕੋਈ ਕਹਿ ਦੇਵੇ ਨਾ ਉਹ ਪੰਜਾਬੀ ਜਾ ਰਿਹਾ ਕਿਤੇ ਮਾਣ ਮਹਿਸੂਸ ਹੁੰਦਾ ਉਸ ਚੀਜ਼ 'ਤੇ ਯਾਰ ਪੰਜਾਬੀ ਹੈ, ਜੇ ਪੰਜਾਬੀ ਇਹ ਕੰਮ ਕਰਨਗੇ ਮੇਰੇ ਹਿਸਾਬ ਨਾਲ ਉਹ ਘਟੀਆ ਕੰਮ ਉਹ ਬੰਦੇ ਲਈ ਜਿਹੜਾ ਇਹ ਕਰੂਗਾ ਨਹੀਂ ਹੋ ਸਕਦਾ। ਬਿਲਕੁਲ, ਬੇਨਤੀ ਕਰਦਾ ਜੀ ਮੈਂ ਹੱਥ ਜੋੜ ਕੇ ਸਾਰੇ ਨੌਜਵਾਨਾਂ ਨੂੰ, ਠੀਕ ਹੈ ਜੀ, ਜਿੰਨੇ ਵੀ ਆਪਣੇ ਨੌਜਵਾਨ ਨੇ ਜਿਹੜੇ ਨਸ਼ਿਆਂ ਦੇ ਵਿੱਚ ਲੱਗੇ ਨੇ ਜਾਂ ਕੁਝ ਕੁ ਵੇਚਦੇ ਨੇ, ਲੋਕ ਜੋ ਵੇਚਦੇ ਨੇ ਜਾਂ ਇਹਦੇ ਵਿੱਚ ਲੱਗੇ ਨੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਆਪਾਂ ਕਿਸੇ ਮਾਂ ਦੇ ਪੁੱਤ ਨੂੰ ਨਸ਼ੇ 'ਤੇ ਲਾਉਂਦੇ ਹਾਂ ਜੀ ਉਸ ਤੋਂ ਵੱਡਾ ਪਾਪ ਨਹੀਂ ਹੈ, ਠੀਕ ਹੈ ਜੀ। ਉਹਨੂੰ ਪਿੱਛੇ ਜੇ ਲਾਈਵ ਵੀਡੀਓ ਵੀ ਇੱਕ ਪਾਇਆ ਸੀ, ਹਾਂਜੀ ਉਹਦੇ ਮੈਂ ਸੁਣਾਉਣਾ ਨਹੀਂ ਚਾਹ ਰਹਿੰਦਾ ਮੈਂ, ਤਾਂ ਮੇਰਾ ਇਹੀ ਮਾਣ ਹੁੰਦਾ ਕਿ ਮੈਂ ਜਿੱਥੇ ਵੀ ਖੜਾ ਹੋਵਾਂ ਯਾਰ ਮੈਂ ਇਸ ਚੀਜ਼ ਬਾਰੇ, ਜੇ ਮੇਰਾ ਗਾਣਾ ਸੁਣ ਕੇ ਮੇਰੀਆਂ ਲਾਈਨਾਂ ਸੁਣ ਕੇ ਇੱਕ ਦੋ ਬੰਦੇ ਵੀ ਸੁਧਰਦੇ ਆ ਮੈਂ ਬਹੁਤ ਵਧੀਆ ਬਹੁਤ ਵਧੀਆ। ਉਹਦੇ ਨੇ ਚਿੱਟੇ ਵਾਂਗੂ ਨਸ਼ਾ ਨਾੜੀ ਚੜਿਆ ਤੇ ਕੈਸਾ ਇਹ ਖੇਲ ਹੋ ਗਿਆ, ਉਹ ਪੁੱਤ ਮੁੱਕ ਚੱਲੇ ਬੁੱਕੜਾਂ ਚ ਮਾਵਾਂ ਦੇ ਤੇ ਸਿਵਿਆਂ ਨਾ ਮੇਲ ਹੋ ਗਿਆ, ਉਹ ਪੁੱਤ ਮੁੱਕ ਚੱਲੇ ਬੁੱਕੜਾਂ ਚ ਮਾਵਾਂ ਦੇ ਤੇ ਸਿਵਿਆਂ ਨਾ ਮੇਲ ਹੋ ਗਿਆ। ਮੇਰੇ ਨਾਲ ਉਦੋਂ ਫੋਨ ਤੇ ਹੁਣ ਕਿਹੜਾ ਸਾਲਾ ਲਾਈ ਫਿਰੇ ਤੈਨੂੰ ਟੋਨ ਤੇ, ਗੱਲਾਂ ਹੁੰਦੀਆਂ ਸੀ ਮੇਰੇ ਨਾਲ ਉਦੋਂ ਫੋਨ ਤੇ ਹੁਣ ਕਿਹੜਾ ਸਾਲਾ ਲਾਈ ਫਿਰੇ ਤੈਨੂੰ, ਮੈਟਣ ਬਥੇਰਾ ਮੈਂ ਦੀਵਾਨਾ ਵੀ ਬਥੇਰਾ, ਮੈਟਣ ਬਥੇਰਾ ਮੈਂ ਦੀਵਾਨਾ ਵੀ ਬਥੇਰਾ, ਤੇਰੇ ਕਰਕੇ ਨੀ ਕਿੰਨੇ ਆਣਾ ਲੜੀ ਫਿਰਦਾ, ਇੱਕ ਤੇਰੇ ਨਾਮ ਦੂਜੀ ਯਾਰ ਤੇਰੇ ਤੀਜੀ ਲੋੜੀ ਗੋਲੀ ਆਪਣੇ ਨੀ ਕਰੀ ਫਿਰਦਾ, ਇੱਕ ਤੇਰੇ ਨਾਮ ਦੀ ਤੇ ਦੂਜੀ ਯਾਰ ਤੇਰੇ ਦੀ ਤੀਜੀ ਲੋੜੀ ਗੋਲੀ ਆਪਣੇ ਨੀ ਕਰੀ ਫਿਰਦਾ। ਜੱਟ ਅਣਖੀ ਨੇ ਹੁੰਦੇ ਬਾਈ ਬਰਥ, ਮਨ ਨਹੀਂ ਉਹ ਕੀਤਾ ਰਹਿਣੇ ਡਾਊਨ ਟੂ ਦੀ ਅਰਥ, ਯਾਰੀ ਜੱਟ ਦੀ ਤੂੰ ਵਰਤ ਮੁੱਖ ਮੋੜ ਲਾਲੀ ਉਹਦੇ ਨਾਲ ਜਿਹੜਾ ਬੋਲਦਾ ਆ ਠਰਕ, ਇਹ ਤੂੰ ਚੰਗੀ ਨਹੀਂ ਉਹ ਕਿਸੇ ਵੀ ਵਾਂਗੂ ਫਿਰੀਆਂ ਵਾਂਗੂ ਤੇਰਾ ਵੀ ਆ ਲੋ ਸਟੈਂਡਰਡ, ਪਿਆਰ ਤੇਰਾ ਚੁੱਕਾ ਤੂੰ ਵੀ ਪੂਰੀ ਫੇਕ ਭਾਵੇਂ ਵਾਲਾ ਜਿੰਨੇ ਕੱਪੜੇ ਬਰੈਂਡਡ, ਓਕੇ ਸਟਾਪ ਡੈਮ ਗਨ ਕੱਢ ਬਾਹਰ ਹਾਫ ਬੈਂਗ, ਰੱਬ ਮੂਰੇ ਹੱਥ ਬੰਨਦਾ ਕਿਸੇ ਨੂੰ ਨਾ ਲਾਵੇ ਸੱਚਾ ਪਿਆਰ ਝੂਠੀ ਰੰਨ ਦਾ, ਅੱਖਾਂ ਚ ਦੀਵਾਨਾ ਪਨ ਸਿਰ ਤੇ ਜਨੂਨ ਨੀ, ਦੱਸ ਕਿਵੇਂ ਮਿਲੂ ਤੇਰੇ ਜੱਟ ਨੂੰ ਸਕੂਨ ਨੀ, ਦੱਸ ਕਿਵੇਂ ਮਿਲੂ ਤੇਰੇ ਜੱਟ ਨੂੰ ਸਕੂਨ ਨੀ, ਕਾਦੋਂ ਰਾਹੇ ਕੋਟੀਏ ਨੂੰ ਕਰੇ ਮਜਬੂਰ।
ਮੁੰਡਾ ਕਰੂੰ ਐਂਡ ਨਹੀਂ। ਅੱਜ ਅਸੀਂ ਮੁਲਾਕਾਤ ਕਰ ਰਹੇ ਸੀ ਪੰਜਾਬ ਦੇ ਉੱਭਰਦੇ ਗਾਇਕ ਨਿਕਸੋਨ ਦੇ ਨਾਲ। ਪਹਿਲੀ ਵਾਰ ਫਿਰ ਤੁਹਾਡੇ ਨਾਲ ਇੱਕ ਨਵੀਂ ਹਫ਼ਤੇ ਦੇ ਨਾਲ ਮੁਲਾਕਾਤ ਕਰਾਂਗੇ ਇਸੇ ਪ੍ਰੋਗਰਾਮ ਵਿੱਚ, ਜਿਸ ਦਾ ਨਾਂ ਹੈ ਇੱਕ ਮੁਲਾਕਾਤ ਨਿਊਜ਼ ਟਾਈਮ ਪੰਜਾਬ 'ਤੇ। ਸਤਿ ਸ਼੍ਰੀ ਅਕਾਲ।